ਵਿਜੀਲੈਂਸ ਬਿਊਰੋ ਵੱਲੋਂ ਇੱਕ ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਦੇ ਵਿੱਚ ਉਸ ਨੂੰ ਨਾਮਜ਼ਦ ਕਰ ਲਿਆ ਗਿਆ ਡਰੱਗ ਤਸਕਰਾਂ ਦੇ ਨਾਲ ਉਸ ਦੇ ਲਿੰਕ ਵੀ ਪਾਏ ਗਏ ਨੇ ਤਾਂ ਵਿਜੀਲੈਂਸ ਪੰਜਾਬ ਯੂਨਿਟ ਫਿਰੋਜ਼ਪੁਰ ਨੇ ਜੋ ਤਤਕਾਲੀ ਡੀਆਈਜੀ ਹੈ 인ਦਰਵੀਰ ਸਿੰਘ ਇਸ ਨੂੰ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਤਾਂ 인ਦਰਵੀਰ ਸਿੰਘ ਜੋ ਡੀਆਈਜੀ ਮੌਜੂਦਾ ਸਮੇਂ ਪੰਜਾਬ ਆਰਮਡ ਪੁਲਿਸ ਜਲੰਧਰ ਦੇ ਵਿੱਚ ਤਾਇਨਾਤ ਨੇ ਤਾਂ ਹਾਲਾਂਕਿ ਵਿਜੀਲੈਂਸ ਦੁਆਰਾ ਕੋਈ ਵੀ ਗ੍ਰਿਫਤਾਰੀ ਸੰਬੰਧੀ ਕਾਰਵਾਈ ਨਹੀਂ ਕੀਤੀ ਗਈ ਹਲੇ ਤੱਕ ਨਾਮਜ਼ਦ ਕੀਤਾ ਗਿਆ ਦਰਸਲ ਕੀ ਹੈ ਕਿ ਡੀਆਈਜੀ 인ਦਰਵੀਰ ਸਿੰਘ ਇੱਕ ਨਸ਼ਾ ਤਸਕਰ ਤੋਂ 10 ਲੱਖ ਰੁਪਏ ਲੇਸੀ ਅਜਿਹੇ ਇਲਜ਼ਾਮ ਲਗਾਏ ਗਏ ਨੇ ਪੀ ਹੀਵੈਂਡ ਪੁਲਿਸ ਨੇ ਸਾਲ 2022 20 ਜੂਨ ਨੂੰ ਮਾਮਲਾ ਦਰਜ ਕੀਤਾ ਸੀ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ ਤੇ ਉਸ ਤੋਂ ਪੁੱਛਗਿੱਛ ਜਦੋਂ ਕੀਤੀ ਤਾਂ ਉਸ ਤੋਂ ਬਾਅਦ ਕਈ ਜਿਹੜੇ ਖੁਲਾਸੇ ਹੋਏ ਨੇ ਇਸ ਦੇ ਵਿੱਚ ਦੋ ਅਹਿਮ ਰੋਲ ਹੈ ਇੱਕ ਡੀਐਸਪੀ ਦਾ ਤੇ ਇੱਕ ਡੀਆਈਜੀ ਦਾ ਮੈਂ ਤੁਹਾਨੂੰ ਸਾਰਾ ਬਰੀਕੀ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਸਭ ਤੋਂ ਪਹਿਲਾਂ ਤਾਂ ਜਿਸ ਦੇ ਖਿਲਾਫ ਉਹ ਨਾਮਜ਼ਦ ਕੀਤਾ ਗਿਆ ਬਿਜ਼ਨਸ ਨੇ ਕਾਰਵਾਈ ਕੀਤੀ ਹੈ ਉਹ ਡੀਆਈਜੀ ਇੰਦਰਬੀਰ ਸਿੰਘ ਜਦੋਂ ਉਹ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਨ ਤਾਂ ਹੁਣ ਮੌਜੂਦਾ ਸਮੇਂ ਪੀਏਪ ਜਲੰਧਰ ਦੇ ਵਿੱਚ ਤਾਇਨਾਤ ਹੈ ਤਾਂ ਇਸ ਐਂਗਲ ਦੇ ਵਿੱਚ ਇੱਕ ਹੋਰ ਹੈ ਡੀਐਸਪੀ ਲਖਵੀਰ ਸਿੰਘ ਸੰਧੂ ਜਿਸ ਨੂੰ ਪਹਿਲਾਂ ਹੀ ਜਿਹੜਾ ਹੈਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਮਾਮਲਾ ਹੈ ਕੀ ਜੋ ਪੰਜਾਬ ਪੁਲਿਸ ਦਾ ਜ਼ਿਲ੍ਹਾ ਤਰਨਤਾਰਨ ਹੈ ਤਾਂ ਉਸ ਦੇ ਵਿੱਚ ਇੱਕ ਦੋ ਐਫ ਆਈ ਆਰ ਹੁੰਦੀਆਂ ਨੇ ਇੱਕ ਪੀਖੀਵਿੰਡ ਤੇ ਇੱਕ ਪੱਟੀ ਥਾਣੇ ਦੇ ਵਿੱਚ ਪੀਖੀਵਿੰਡ ਦੇ ਵਿੱਚ ਮਾਮਲਾ ਐਫ ਆਈ ਆਰ ਨੰਬਰ 62 ਨੀਤੀ ਜਿਹੜਾ ਹੁੰਦਾ 36 2022 ਨੂੰ ਹੁੰਦਾ ਹੈ ਤੇ ਥਾਣਾ ਪੱਟੀ ਦੇ ਵਿੱਚ ਜੋ ਐਫਆਈਆਰ ਦਰਜ ਹੁੰਦੀ ਹੈ ਉਹ ਐਫਆਈਆਰ ਨੰਬਰ 115 ਹੈ ਇਹ ਜਿਹੜੀ ਹੈ 1 ਮਹੀਨੇ ਬਾਅਦ ਯਾਨਕਿ 15 7 2022 ਨੂੰ ਦਰਜ ਕੀਤੀ ਜਾਂਦੀ ਹੈ ਤਾਂ ਇਹਨਾਂ ਮਾਮਲੇ ਦੇ ਵਿੱਚ ਹੀ ਹੁਣ ਡੀਆਈਜੀ ਇੰਦਰਬੀਰ ਸਿੰਘ ਨੂੰ ਜਿਹੜਾ ਹੈਗਾ ਤਰਨਤਾਰਨ ਪੁਲਿਸ ਨੇ ਪਹਿਲਾਂ ਹੀ 1 ਸਾਲ ਪਹਿਲਾਂ ਹੀ ਜਦੋਂ ਕੇਸ ਬਣਿਆ ਸੀ ਉਦੋਂ ਗ੍ਰਿਫਤਾਰ ਕੀਤਾ ਸੀ ਮਾਫ ਕਰਨਾ ਉਦੋਂ ਨਾਮਜ਼ਦ ਕਰਨ ਦੀ ਜਿਹੜੀ ਹੈ ਉਹ ਉਸ ਦੇ ਵਿੱਚ ਕੀਤਾ ਗਿਆ ਸੀ ਪਰ ਹੱਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਹੁਣ ਵਿਜੀਲੈਂਸ ਨੇ ਜੋ ਐਸਆਈਟੀ ਨੇ ਇਸ ਦੋ ਐਫਆਈਆਰ ਕੀਤੀਆਂ ਗਈਆਂ ਸੀ ਇਸ ਦੀ ਜਾਂਚ ਕੀਤੀ ਤਾਂ ਇਸ ਦੇ ਵਿੱਚ ਐਸਆਈਟੀ ਦੀ ਰਿਪੋਰਟ ਤੋਂ ਬਾਅਦ ਵਿਜੀਲੈਂਸ ਨੇ ਵੀ ਇਹ ਦਰੁਸਤ ਪਾਇਆ ਕੀ ਡੀਆਈਜੀ ਇੰਦਰਬੀਰ ਸਿੰਘ ਦੇ ਜਿਹੜੇ ਆ ਉਹ ਲਿੰਕਡ ਹੈ ਇਸਨੇ ਨਸ਼ਾ ਤਸਕਰ ਤੋਂ ਪੈਸੇ ਮੰਗ ਕੀਤੇ ਨੇ ਤਾਂ ਪਿਛਲੇ ਜੇਕਰ ਦੇਖਿਆ ਜਾਵੇ ਤਾਂ ਜੁਲਾਈ ਦੇ ਵਿੱਚ ਪਿਛਲੇ ਸਾਲ ਜੁਲਾਈ ਮਹੀਨੇ ਫਰੀਦਕੋਟ ਦੇ ਤਤਕਾਲੀ ਡੀਐਸਪੀ ਲਖਵੀਰ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਬੋਪਾਰਾਏ ਦੇ ਰਹਿਣ ਵਾਲੇ ਪਿਸ਼ੋਰਾ ਸਿੰਘ ਦੇ ਨਾਮ ਇੱਕ ਪਿਸ਼ੋਰਾ ਸਿੰਘ ਨਾਮਕ ਡਰਗ ਤਸਕਰ ਹੈ ਉਸ ਦਾ ਕੇਸ ਸੁਲਝਾਉਣ ਦੇ ਲਈ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ ਸੀ ਤਾਂ ਜੋ ਪਿਸ਼ੋਰਾ ਸਿੰਘ ਹੈ ਡਰਗ ਤਸਕਰ ਇਸ ਨੂੰ ਪੰਜਾਬ ਪੁਲਿਸ ਨੇ ਜਿਹੜਾ ਹੈ ਉਹ ਪਿਛਲੇ ਸਾਲ 6 ਜਿਹੜਾ ਹੈਗਾ ਜੂਨ ਮਹੀਨੇ ਦੇ ਕਰੀਬ ਗ੍ਰਿਫਤਾਰ ਕੀਤਾ ਸੀ ਤਾਂ ਜੁਲਾਈ ਦੇ ਵਿੱਚ ਇਸ ਨੇ ਡੀਐਸਪੀ ਲਖਵੀਰ ਸਿੰਘ ਨੇ ਲਖਵੀਰ ਸੰਧੂ ਨੇ ਪਿਸ਼ੋਰਾ ਸਿੰਘ ਨੂੰ ਕਿਹਾ ਸੀ ਕਿ ਅਸੀਂ ਤੇਰਾ ਸਾਰਾ ਕੇਸ ਜਿਹੜਾ ਰਫਾ ਦਫਾ ਕਰ ਦੇਵਾਂਗੇ ਤਾਂ ਐਵਜ਼ ਵਜੋਂ ਜੋ ਰਿਸ਼ਵਤ ਮੰਗੀ ਸੀ ਉਹ 10 ਲੱਖ ਰੁਪਏ ਮੰਗੀ ਸੀ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਪਿਸ਼ੋਰਾ ਸਿੰਘ ਤੋਂ ਪੁੱਛਗਿਸ਼ ਹੁੰਦੀ ਹੈ ਤੇ ਨਾਮ ਜਿਹੜਾ ਸਾਹਮਣੇ ਆਂਦਾ ਡੀਐਸਪੀ ਜਿਹੜੇ ਹੁੰਦੇ ਨੇ ਲਖਵੀਰ ਸਿੰਘ ਸੰਧੂ ਉਸ ਸਮੇਂ ਦੇ ਤਾਂ ਉਹਨਾਂ ਦਾ ਫਿਰ ਨਾਮ ਸਾਹਮਣੇ ਆਂਦਾ ਫਿਰ ਲਖਵੀਰ ਸਿੰਘ ਸੰਧੂ ਤੋਂ ਜਦੋਂ ਐਸਆਈਟੀ ਬਣਾਈ ਗਈ ਸੀ ਉਸ ਦੇ ਵਿੱਚ ਜੋ ਤਿੰਨ ਅਫਸਰ ਰੱਖੇ ਗਏ ਸੀ ਇੱਕ ਡੀਆਜੀ ਰਾਹੁਲ ਕੁਮਾਰ ਸੀ ਵਿਜੀਲੈਂਸ ਬਿਊਰੋ ਦੇ ਫਿਰ ਅੰਮ੍ਰਿਤਸਰ ਦੇ ਐਸਐਸਪੀ ਉਸ ਸਮੇਂ ਦੇ ਵਰਿੰਦਰ ਸਿੰਘ ਫਿਰੋਜ਼ਪੁਰ ਦੇ ਐਸਐਸਪੀ ਜਿਹੜੇ ਉਸ ਸਮੇਂ ਦੇ ਗੁਰਮੀਤ ਸਿੰਘ ਇਹਨਾਂ ਦੀ ਤਿੰਨ ਜਾਣਿਆਂ ਦੀ ਇੱਕ ਐਸਾ ਬਣਾਈ ਗਈ ਸੀ ਫਿਰ ਐਸਆਈਟੀ ਨੇ ਜਾਂਚ ਕੀਤੀ ਡੀਐਸਪੀ ਲਖਵੀਰ ਸਿੰਘ ਸੰਧੂ ਤੋਂ ਪੁੱਛ ਪੜਤਾਲ ਕੀਤੀ ਤਾਂ ਕੁਝ ਫੋਨ ਦੇ ਵਿੱਚ ਕੋਈ ਦਸਤਾਵੇਜ਼ ਮਿਲੇ ਵਿਜੀਲੈਂਸ ਨੂੰ ਰਿਕਾਰਡਿੰਗਾਂ ਮਿਲੀਆਂ ਜਿਸ ਤੋਂ ਬਾਅਦ ਫਿਰ ਡੀਆਈਜੀ ਇੰਦਰਬੀਰ ਸਿੰਘ ਦਾ ਜਿਹੜਾ ਹੈ ਨਾਮ ਸਾਹਮਣੇ ਆਇਆ ਸੀ ਤਾਂ ਹੁਣ ਵਿਜੀਲੈਂਸ ਨੇ 1 ਸਾਲ ਬਾਅਦ ਇਸ ਕੇਸ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਹਾਲਾਂਕਿ ਗ੍ਰਿਫਤਾਰ ਨਹੀਂ ਕੀਤਾ ਗਿਆ ਪੰਜਾਬ ਪੁਲਿਸ ਦੇ ਜਿਹੜੇ ਡੀਆਈਜੀ ਇੰਦਰਬੀਰ ਸਿੰਘ ਉਸ ਨੂੰ ਨਾਮਜ਼ਦ ਕਰ ਲਿਆ ਗਿਆ ਦੋ ਪਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ